ਤੁਸੀਂ ਦੇਖ ਸਕਦੇ ਹੋ ਆਹ ਦੇਖੋ ਯਾਰ, ਮੈਂ ਤੁਹਾਨੂੰ ਦਿਖਾਉਣਾ ਸਾਰਾ ਚੈੱਕ ਵਗੈਰਾ। ਇਹ ਹੈਗੀ ਕਿਲੇ ਦੇ ਕੋਲੇ ਹੈਗੀ ਜੀ ਫੂਡ ਸਟਰੀਟ ਨਾਲ ਖੈਣ ਨਾਲ, ਮਤਲਬ ਕਿ ਆਹ ਚੈੱਕ ਕਰੋ ਪਿੱਛੇ, ਬਹੁਤ ਹੀ ਲੈਵਲ ਦੇ ਪੁਆਇੰਟ ਬਣੇ ਹੋਏ ਨੇ। ਚਲ ਵੀ ਹੱਥ ਵਿੱਚੋਂ ਦੀ ਹੱਥ ਲੰਘਣ ਦੀ ਵੀ ਥਾਂ ਹੈ ਨੀਗੀ, ਐਡਾ ਨਾਲ ਨਾਲ ਜੁੜ ਕੇ ਰੱਖੇ ਸਟਾਰਟ ਦੇ ਵਿੱਚ ਇਹਨਾਂ ਨੇ ਆਪਣੇ ਕੈਬਨ ਜੀ, ਅਤੇ ਉਹ ਮੂਹਰੇ ਸਾਡਾ ਕਿਰਾ, ਅਸੀਂ ਹੁਣ ਉੱਧਰ ਨੂੰ ਜਾ ਰਹੇ ਹਾਂ। ਲੈ ਵੀ ਵੀਰੇ ਅੱਕ ਹਾਰ ਗਏ ਆਪਾਂ, ਭੜ ਗਈ ਉਹ ਤੁਹਾਡੇ ਮੂਹਰੇ ਦੇਖ ਰਹੇ ਨਾ ਤੁਹਾਨੂੰ, ਇਹ ਹੈਗਾ ਜੀ ਕਿਲਾ, ਇੱਥੋਂ ਅਸੀਂ ਘੁਮਾਉਂਦੇ ਹਾਂ ਆਪਾਂ। ਆਹ ਆ ਜਾਂਦਾ ਜੀ ਗੁਰਦੁਆਰਾ ਵਾ, ਠੀਕ ਆ, ਉਸ ਤੋਂ ਬਾਅਦ ਆਪਾਂ ਇਸ ਪਾਸੇ ਨੂੰ ਆ ਜਾਂਦੇ, ਇਹ ਹੈਗੀ ਮਸਜਿਦ, ਠੀਕ ਆ, ਇਹ ਹੈਗੀ ਸ਼ਾਹੀ ਮਸਜਿਦ। ਤਾਂ ਆਹ ਮੂਹਰੇ ਆ ਜਾਂਦਾ, ਆਹ ਦੇਖੋ ਐੜਾ ਆ ਰਿਹਾ ਝੰਡੇ ਦੀ ਬਿਲਕੁਲ ਬੈਕ ਦੇ ਨਾਲ, ਜਿਹੜਾ ਛੋਟੇ ਜਿਹੇ ਰੂਮ ਟਾਈਪ, ਇਹ ਹੈਗਾ ਜੀ ਸਾਡਾ ਡਾਕਟਰ ਸਾਹਿਬ ਦਾ ਇਹ ਮਜ਼ਾਰ ਬਾਬਾ ਸਾਹਿਬ ਦਾ। ਸਬਜ਼ੀ ਨੇ ਤਿਆਰ ਕਰਦਿਆਂ ਹੋਇਆ ਇੱਥੇ, ਉੱਥੋਂ ਸਾਲਾ ਗਰਮੀ ਬਾੜੀ ਜ਼ਿਆਦੀ ਆ, ਤੂੰ ਮੈਂ ਇਕੱਲਾ ਖੜਾ ਹੋਇਆ ਇੱਥੇ। ਹੁਣ ਚੁਰ ਸਾਹਿਬ ਹੁਣੀ ਆ ਨਹੀਂ ਕਹਿੰਦੇ ਵੀ ਮੈਂ ਤੂੰ ਬਾਬੇ ਕਿਹਾ ਜੇ ਭੱਠੇ ਦੇ ਕੋਲੋਂ ਦੀ ਅੰਦਰ ਆ ਰਿਹਾ ਵਾ, ਅਤੇ ਦੇਖੋ ਇੱਥੇ ਕਿੰਨੇ ਕਿੰਨੇ ਅੱਪੜਦੇ ਨੇ। ਮੈਂ ਉਹਨਾਂ ਨੂੰ ਸਮਝਾਇਆ ਇੱਦਾਂ ਨੂੰ, ਆ ਮੈਂ 36 ਵਾਰੀ ਸਮਝਾਤਾ ਵੀ ਆ, ਮੈਨੂੰ ਸਮਝਾਉਣਾ ਨਹੀਂ ਆ ਰਿਹਾ, ਉਹਨਾਂ ਨੂੰ ਸਮਝਣਾ ਨਹੀਂ ਆ ਰਿਹਾ। ਫਿਲਹਾਲ ਉਹਨਾਂ ਨੂੰ ਸੌਖੇ ਲਫਜ਼ਾਂ ਦੱਸਿਆ ਵੀ ਬਾਈ ਕਿਹੜੇ ਦੇ ਕੋਲ ਜਿਹੜਾ ਗੁਰਦੁਆਰਾ ਉਹਦੇ ਕੋਲ ਖੜਾ ਮੈਂ, ਅਤੇ ਹੁਣ ਦੇਖੋ ਬਾਈ ਕਿਸ ਨੂੰ ਕਹਿੰਦੇ ਮੈਂ ਹਰੇ ਰੰਗ ਦੀ ਸ਼ਰਟ ਪਾਈ ਹੋਈ ਨਾਲ ਬਸਤਾ ਪਾਇਆ ਹੋਇਆ, ਬਸਤਾ ਦੇ ਘਰ ਮੈਂ ਵੀ ਪਾਇਆ ਪਰ ਸ਼ਰਟ ਕਾਲੀ ਆ, ਅਤੇ ਹਮਜ਼ਾ ਭਾਈ ਪਤਾ ਨਹੀਂ ਕਿੱਥੇ ਕੁ ਬਚੇ ਹੋਏ ਨੇ, ਸਵੇਰ ਦੇ ਤੁਰੇ ਹੋਏ ਨੇ ਤਕਰੀਬਨ ਘਰੋਂ ਵੀ 8-9 ਵਜੇ ਦੇ ਤੁਰੇ ਹੋਏ ਨੇ, ਚੰਗੂ ਹਿਸਾਬ ਲਾ ਲਓ ਹਲਦੀ ਅੱਪੜੇ ਨਹੀਂ ਹੈਗੇ। ਲਓ ਜੀ ਉਹ ਦੇਖੋ ਸਾਹਮਣੇ ਆ ਰਹੇ ਨੇ ਆਖਰਕਾਰ, ਬਹੁਤ ਬਾੜੀ ਬਲਕਿ ਬਾੜੀ ਔਖੀ ਪਹੁੰਚ ਚੜਿਆ, ਜਮਾਲ ਦੀ ਟੋਰ ਚੈੱਕ ਕਰੋ ਤੁਸੀਂ, ਵਿਸ਼ਾਲ ਭਾਈ ਵੇਖ ਰਹੇ ਹੋ, ਆਹ ਸਵੇਰੇ 8 ਵਜੇ ਦਾ ਤੁਰਿਆ, ਜਮਾਲ ਤਾਂ ਹੋਣਾ ਪੜਿਆ ਜੇ। ਲਓ ਜੀ ਆਖਰਕਾਰ ਹਮਜ਼ਾ ਭਾਈ ਦਾ ਕੋਈ 5-7 ਘੰਟਿਆਂ ਤੋਂ ਵਾਧੂ ਇੰਤਜ਼ਾਰ ਕਰਨ ਦੀ ਬਾਅਦ 'ਚੋਂ ਭਾਈ ਆ ਗਏ ਨੇ, ਬੜੀ ਔਖੇ ਔਂਪੜੇ ਨੇ, ਅਤੇ ਹੁਣ ਤੁਹਾਨੂੰ ਅਸੀਂ ਅੱਗੇ ਜਾ ਕੇ ਨਹੀਂ ਕਰਦੇ ਚੈੱਕ ਕਰਾਵਾਂਗੇ, ਫਿਲਹਾਲ ਅੰਦਰ ਨੂੰ ਜਾ ਰਿਹਾ ਸੀ। ਲੋ ਵੀਰੇ ਅਸੀਂ ਹੁਣ ਕਿਰੇ ਦੇ ਵਿੱਚ ਵੜ ਗਏ ਹਾਂ, ਦੇਖੋ ਤੁਹਾਨੂੰ ਚੈੱਕ ਕਰਾਉਂਦੇ ਅੰਦਰ ਜਾ ਕੇ, ਠੀਕ ਹੈ। ਇਹ ਹਮਜ਼ਾ ਭਾਈ ਨੂੰ ਪੈਸਾ ਲਗਾਤਾ, ਇੱਧਰ ਚੈੱਕ ਕਰੋ,
ਜੀ ਅਸੀਂ ਕਿਲ੍ਹੇ ਦੀ ਗੱਲ ਵੀ ਮੇਨ ਜਿਹੜੇ ਪੁਆਇੰਟਸ ਉੱਥੇ ਖੜੇ ਹੋਏ ਹਾਂ ਠੀਕ ਹੈ ਨਹੀਂ ਯਾਰ ਚੈੱਕ ਕਰ ਤੁਸੀਂ ਇੱਥੇ ਤੇ ਵੇਖੇ ਦੇਖਾ ਤੁਸੀਂ ਸਾਰਿਆਂ ਨੇ ਵੀ ਹੋਣਾ ਸਾਲ ਮੇਰੇ ਤੋਂ ਪਹਿਲਾਂ ਵੀ ਹੁਣ ਦਿਖਾਉਣ ਤੋਂ ਪਰ ਜਿਹੜਾ ਬੰਦਾ ਤੁਸੀਂ ਮੇਰੇ ਨਾਲ ਪਹਿਲੀ ਵਾਰੀ ਜੀ ਹੈ ਕਿਉਂ ਹੁੰਦਾ ਸਾਹਿਬ ਹਮਦਾ ਸਾਹਿਬ ਬੈਲਾ ਆਹ ਕਿਹੜੀ ਚੀਜ਼ ਸੀਗੀ ਭਲਾ ਇਹਦੇ ਬਾਰੇ ਕੋਈ ਮੈਂ ਥੋੜ੍ਹਾ ਬਹੁਤ ਹਾਂ ਹਾਂ ਜਲਾਲੁਦੀਨ ਅਕਬਰ ਹਾਂਜੀ ਮੁਹੰਮਦ ਫਤਿਹ ਅੱਛਾ ਕੁਛ ਛੱਤੀ ਹੋਰ ਨਾਲ ਲੈ ਲਓ ਨਾਲ ਇੱਕ ਬੰਦੇ ਦਾ ਦੱਸਣਾ ਤੁਸੀਂ ਪੂਰਾ ਪਿੰਡ ਲਿਆਂਦਾ ਵਿੱਚ ਅੱਛਾ ਬਥੇਰੇ ਆਏ ਤੇ ਗਏ ਮਤਲਬ ਕਿ ਸਾਰੇ ਇੱਥੇ ਆਏ ਨੇ ਸਿੱਖ ਵੀ ਇੱਥੇ ਆਏ ਆ ਅੱਛਾ ਬਰਤਾਨੀਆ ਵੀ ਇੱਥੇ ਆਇਆ ਮੁਗਲਾਂ ਤੋਂ ਬਾਅਦ ਸਿੱਖ ਆਏ ਫਿਰ ਅੱਛਾ ਅੱਛਾ ਮੁਗਲਾਂ ਬਾਅਦ ਸਿੱਖ ਆਏ ਜੀ ਮੈਂ ਅੱਛਾ ਵੈਸੇ ਆਪਸ ਦੀ ਗੱਲ ਮੈਂ ਫਿਰ ਬਾਅਦ ਦੇ ਵਿੱਚ ਆਏ ਸੀਗੇ ਮਤਲਬ ਲਾਹੌਰ ਦੀ ਗੱਲ ਕਰ ਰਿਹਾ ਸੀਗਾ ਠੀਕ ਹੈ ਮੁਗਲਾਂ ਤੋਂ ਬਾਅਦ ਬਰਤਾਨੀਆ ਉੱਧਰੋਂ ਵੀ ਖਤਮ ਹੋ ਗਿਆ ਅੱਛਾ ਮੈਨੂੰ ਯਾਦ ਹੈ ਇੱਕ ਵਾਰੀ ਮੈਂ ਮੇਰਾ ਦੋਸਤ ਜਜ਼ਬਾਨ ਵਾਲਾ ਏਜੰਸੀ ਵੀਰੇ ਫੋਰਥ ਹੋ ਗਿਆ ਉਹ ਮੈਂ ਤੇ ਉਹਦਾ ਕਜ਼ਨ ਆਏ ਸੀ ਜਿੱਥੇ ਸ਼ੀਬਾ ਲੈ ਗਏ ਹੈ ਸੀ ਬੇਚਾਰਾ ਮਤਲਬ ਸੀ ਦੇਖੋ ਨਾ ਇੱਥੋਂ ਦਾ ਰਸਤਾ ਥੱਲੇ ਨੂੰ ਜਾਂਦਾ ਸੀ ਅਸੀਂ ਥੱਲੇ ਗਏ ਸੀ ਉਦੋਂ ਲੇਕਿਨ ਹੁਣ ਸਾਰਾ ਕੁਝ ਖਤਮ ਹੋ ਗਿਆ ਬਾਈ ਗਾਲਬਨ ਇੱਥੇ ਕੀ ਸੀ ਜਾਂ ਤੋਂ ਅਗਲੀ ਵੀ ਬਿਲਡਿੰਗ ਸੀਗਾ ਹਾਂਜੀ ਨੀਚੇ ਰਸਤਾ ਸੀ ਉਦੋਂ ਹਾਂਜੀ ਬਿਲਕੁਲ ਬਿਲਕੁਲ ਆਹੀ ਰਸਤਾ ਸੀਗਾ ਇਸ ਤਰ੍ਹਾਂ ਸੀ ਉਹ ਅੱਗੇ ਚਲ ਗਏ ਸਰਦੀਆਂ ਦੇ ਟਾਈਮ ਸੀ ਉਹ ਸਰਦੀਆਂ ਹੁੰਦੀ ਸੀ ਠੀਕ ਹੈ ਲੇਕਿਨ ਕਾਫੀ ਖੌਫਨਾਕ ਉਹ ਜਗ੍ਹਾ ਹੁਣ ਕਿਉਂਕਿ ਅੰਦਰ ਲਾਈਟ ਨਹੀਂ ਹੈਗੀ ਕਾਫੀ ਪੁਰਾਣੀ ਆ ਬਹੁਤ ਬਿਹਤਰੀਨ ਬਣਿਆ ਤਾਂ ਸਾਰਾ ਗੈਸੀ ਕਹਿੰਦਾ ਸੀਮਿੰਟ ਦਾ ਪੱਥਰ ਨੇ ਉਹਨਾਂ ਦੇ ਬਣੇ ਹੋਏ ਨੇ ਆਹ ਤਾਂ ਹਾਂਜੀ ਦੁਬਾਰਾ ਹੋਇਆ ਹੈ ਨਾ ਇਹ ਜੋ ਮੋਡੀਫਾਈ ਹੋਇਆ ਕਿਉਂਕਿ ਇਸ ਉੱਪਰ ਪੈਰਸਪੋਰਟ ਲੱਗਿਆ ਹੋਇਆ ਸਾਰਾ ਅੱਛਾ ਅੰਦਰ ਵੀ ਆ ਦੇਖੋ ਇਹ ਵੀ ਸਾਰਿਆਂ ਨੇ ਇੱਦਾਂ ਹੀ ਕੀਤਾ ਹੋਇਆ ਦੇਖੋ ਚੈੱਕ ਕਰੋ ਯਾਰ ਇਹ ਵੀ ਉਹੀ ਚੀਜ਼ ਆ ਹਾਂਜੀ ਲੇਕਿਨ ਤੋੜ ਤੋੜ ਜ਼ਿਆਦਾ ਤਕਰੀਬਨ ਆਵਾਮ ਨੇ ਇਹਦਾ ਬੇੜਾ ਗਿਆ ਆਵਾਮ ਤਾਂ ਸਾਡੀ ਪਾਕਿਸਤਾਨ ਹੀ ਆਈ ਹੋ ਜੀ ਇਸੇ ਗੱਲ ਤੋਂ ਸਾਡੇ ਪਾਕਿਸਤਾਨੀ ਜਿਹੜੇ ਮੁਸਲਿਮ ਨੂੰ ਜਾਂਦੇ ਨਾ ਕਿਤੇ ਹਾਜ਼ਰੀ ਉਮਰੇ ਦੇ ਉਹਨਾਂ ਨੂੰ ਖਾਣਾ ਕਾਬਾ ਦਾ ਰੋਜ਼ਾ ਰਸੂਲ ਦੇ ਲਾਗੇ ਨਹੀਂ ਛੱਡੀ ਜਾਂਦੇ ਵੀ ਕੋਈ ਹਰਾਮ ਦੇ ਤੋੜ ਵਾਲੇ ਗਾਈਡ ਦੱਸ ਰਹੇ ਸੀ ਆ ਲੈ ਕੇ ਜੀ ਨਾ
ਬਿਲਕੁਲ ਬਿਲਕੁਲ ਤਸਵੀਰਾਂ ਸੀ ਨਾ, ਕਿਉਂਕਿ ਉਹਦੇ ਕੋਲ ਉਤਰੀਆਂ ਹੋਈਆਂ ਨੇ, ਉਹ ਚੀਜ਼ਾਂ ਉੱਥੇ ਉਤਰੀਆਂ ਹੋਈਆਂ ਨੇ, ਪੂਰੀ ਟਾਇਲ ਸੀਗੀਆਂ, ਟਾਇਲਾਂ ਬਣੀਆਂ ਨਹੀਂ ਸੀਗੀਆਂ, ਹੈਂਡਮੇਡ ਸੀ, ਹੈਂਡਮੇਡ ਸੀ ਯਾਰ, ਆਹ ਲੈਵਲ ਆ ਡਿਜ਼ਾਈਨ ਚੈੱਕ ਕਰੋ ਤੁਸੀਂ ਯਾਰ। ਲੇਕਿਨ ਸਾਡੇ ਇੱਥੇ ਆਵਾਮ ਦੇਖੋ ਉੱਤੇ ਨੰਬਰ ਨਾਲ ਲਿਖਿਆ ਜੀ ਖਾਲਦਾ, ਨੰਬਰ ਲਿਖਿਆ ਅਗਲੇ ਪਾਸੇ ਖਾਲਦਾ ਲਿਖਤਾ, ਪਤਾ ਨਹੀਂ ਬਾਲਦਾ ਦਾ ਨੰਬਰ ਲਿਖਿਆ ਕੋਈ ਨਹੀਂ। ਨਹੀਂ ਭਾਈ ਜਲਾਦ ਵਗੈਰਾ ਨਹੀਂ, ਵੈਸੇ ਉਹਨਾਂ ਨੇ ਸ਼ੂਟਿੰਗ ਪੈਣੀ ਹੋਈ ਆ, ਇੱਦਾਂ ਨਹੀਂ ਕਹੀਦਾ ਹੁੰਦਾ, ਚੈੱਕ ਕਰੋ ਤਾਂ ਤੁਸੀਂ ਮਤਲਬ ਚਾਰੇ ਭਾਈ ਵਰਕਰ ਜੋ ਇੱਥੇ ਉਹਨਾਂ ਨੇ ਮਿਲਾ ਦਿੰਦੇ ਵਧੀਆ ਗਵਰਨਮੈਂਟ ਚਾਹੀਦੇ ਸੀ ਪੂਰਾ ਦੇ ਟ੍ਰੇਨ ਪ੍ਰੋਪਰ, ਹੁਣ ਇਦਾਂ ਦੀ ਹਾਲਤ ਵਿੱਚ ਬਿਠਾ ਕੇ ਅੱਛਾ ਹਮਜ਼ਾ ਵਿੱਚ ਚੀਜ਼ ਨੋਟ ਕੀਤੀ, ਸੂਟ ਭਾਈ ਉਹਨਾਂ ਨੇ ਪਵਾਏ ਆ ਬਾਦਸ਼ਾਹਾਂ ਦੇ ਦੌਰ ਦੇ, ਮੁਗਲਾਂ ਦੇ ਦੌਰ ਦੇ, ਕੱਪ ਚੈੱਕ ਕਰੋ ਬ੍ਰਾਂਡਿਡ ਯੂਜ਼ ਕਰਦੇ ਨੇ, ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਸਪੈਸੀਫਿਕ ਉਹਨਾਂ ਦੀ ਕੇਅਰ ਨਹੀਂ ਕੀਤੀ ਹੈਗੀ। ਅੱਛਾ ਤੁਹਾਡਾ ਕੱਲ੍ਹ ਵੀ ਵਿਜ਼ਿਟ ਹੋਇਆ ਇੱਥੇ, ਮਤਲਬ ਦੁਬਾਰੇ ਅੱਜ ਮੇਰੇ ਨਾਲ ਹੀ ਆਏ ਹੋ, ਨਹੀਂ ਤਾਂ ਭਰਾਵਾ ਆਈਫੋਨ ਵਾਲਿਆਂ ਨੂੰ ਬਣਾਇਆ ਸੀ ਆਪਣੇ ਬਣਾਓ, ਨਹੀਂ ਹੁਣ ਤਾਂ ਬਸ ਬਸ ਥੋੜ੍ਹਾ ਕੁ ਬਣਾਉਣਾ ਤਾਂ ਬਾਹਰ ਚਲੀ ਆਪਣੀ ਉਹ ਗਰਮੀ ਪਤਾ ਲੱਗੇ ਸਾਰਿਆਂ ਨੂੰ। ਓਕੇ ਓਕੇ ਹਾਂ ਅੱਛਾ, ਜਿਵੇਂ ਕਿ ਮੈਂ ਤੁਹਾਨੂੰ ਆਹ ਚੀਜ਼ ਦਿਖਾਉਂਦਾ ਵਾ, ਇਹ ਨਾ ਬਾੜੀ ਚਿਰ ਬਾਅਦ ਇਹਨੂੰ ਓਪਨ ਕੀਤਾ ਵਾ ਦੇਖੋ, ਠੀਕ ਹੈ ਐਸੇ ਗਾਣ, ਅਤੇ ਇੱਥੇ ਬਾੜੇ ਘੱਟ ਲੋਕ ਆਏ ਨੇ, ਇੱਧਰ ਵੀ ਅਸੀਂ ਜਾ ਰਹੇ, ਮੈਂ ਤਾਂ ਹੁੰਦਾ ਭਾਈ ਤੁਹਾਨੂੰ ਅੱਗੇ ਜਾ ਕੇ ਚੈੱਕ ਕਰਾਉਂਦੇ, ਚੈੱਕ ਕਰੋ ਯਾਰ। ਅੱਛਾ ਆਹ ਦੇਖੋ ਦੁਬਾਰਾ ਇਹਨੂੰ ਤਿਆਰ ਕਰਨਾ ਸ਼ੁਰੂ ਕੀਤਾ ਹੋਇਆ, ਕਿਉਂਕਿ ਅਸੀਂ ਪਿੱਛੇ ਇੱਕ ਬਿਲ ਇੱਕ ਦੋ ਬਿਲਡਿੰਗ ਦੇਖੀਆਂ ਜਿਹੜੀਆਂ ਡਿੱਗੀਆਂ ਹੋਈਆਂ ਨੇ, ਕਾਤੋਂ ਵੀ ਪਾਣੀ ਦੀ ਵਜ੍ਹਾ ਤੋਂ ਉੱਥੇ ਜਿਹੜੇ ਪੈਪ ਹੋ ਜਾਂਦੇ ਸੀਗੇ, ਅੱਜ ਬਾਰਿਸ਼ ਦੀ ਵਜ੍ਹਾ ਤੋਂ ਵਾਹਵਾ ਖਰਾਬ ਹੋਇਆ ਹੋਇਆ ਸੀ, ਇਸ ਵਜ੍ਹਾ ਤੋਂ ਡਿੱਗ ਗਿਆ ਦੇਖੋ। ਦੇਖੋ ਚੈੱਕ ਕਰੋ, ਬਹੁਤ ਘੱਟ ਲੋਕ ਹੋਣੇ ਜਿਹਨਾਂ ਨੇ ਆਹ ਜਗ੍ਹਾ ਦੇਖੀ ਹੋਣੀ ਆ, ਇਹ ਸਾਡਾ ਗੇਟ ਜਿਹੜਾ ਅਸੀਂ ਬਾਹਰੋਂ ਮਸਜਿਦ ਬਾਹਰੋਂ ਆਈ ਨਾ, ਇੱਕ ਗੇਟ ਦਾ ਜਿਹੜੇ ਐਂਟਰ ਦਾ ਤਾਂ ਦੂਆ ਗੇਟ ਜਿਹੜਾ ਹਮੇਸ਼ਾ ਬੰਦ ਹੀ ਰਹਿੰਦਾ, ਆਹ ਉਹ ਹੈਗਾ ਵਾ। ਆਹ ਚੈੱਕ ਕਰੋ ਜਰਾ, ਇੱਧਰ ਲਾਸ ਚੈੱਕ ਕਰਨ ਦਾ ਤੁਹਾਨੂੰ ਕੋਲੇ ਜਾ ਕੇ ਇਹ ਦੇਖੋ ਜਰਾ, ਠੀਕ ਹੈ ਇਹ ਕੁੰਡੇ ਉਦੋਂ ਦੇ ਬਣੇ ਹੋਏ ਨੇ, ਆਹ ਤਾਲੇ ਛੁਰੇ ਤਾਂ ਇਹਨਾਂ ਨੇ ਹੁਣ ਲਾਏ ਨੇ, ਬਾਅਦ ਜਿਹੜੇ ਬਣੇ ਹੋਏ ਨੇ ਦੇਖੋ, ਕੁੰਡੇ ਇਹ ਉਦੋਂ ਦੇ ਬਣੇ ਹੋਏ ਨੇ, ਛੋਟਾ ਰਸਤਾ ਜਿਹੜਾ ਦਰਵਾਜ਼ਾ ਸੀਗਾ ਜਿਹੜਾ ਉਸ ਤੋਂ ਵੱਡਾ ਦਰਵਾਜ਼ਾ ਤੁਹਾਨੂੰ ਦਿਖਾਤਾ ਸੀ, ਅਤੇ ਇਹ ਚੈੱਕ ਕਰੋ ਕਿਆ ਯਾਰ ਚੀਜ਼ ਆ, ਬਿਊਟੀ ਸੀ ਸਾਰਾ ਕੁਛ ਯਾਰ, ਹੁਣ ਤਾਂ ਸਾਰੇ ਬਹਿਬ ਹੋ ਗਏ, ਠੀਕ ਹੈ ਹਾਲੇ ਤਾਂ ਉੱਧਰ ਵੀ ਬਣਿਆ ਹੋਇਆ, ਮਤਲਬ ਜਿਹੜੇ ਛੋਟੇ ਮੋਟੇ ਸਫਾਈ ਹੁੰਦੇ ਸੀਗੇ ਉਹਨਾਂ ਵਾਸਤੇ ਅਤੇ ਪੁੱਛਗਿੱਛ ਵਾਸਤੇ, ਆ ਇੱਧਰ ਵੀ ਆਹ ਅੰਦਰ ਦਾ ਰਸਤਾ ਵਾ, ਹੁਣ ਅੰਦਰ ਮੈਂ ਨਹੀਂ ਜਾਣਾ ਹੈਗਾ, ਮੈਨੂੰ ਡਰ ਲੱਗਦਾ ਪਿਆ ਅੰਦਰੋਂ ਖੁੱਲ੍ਹਾ ਹੋਇਆ,
ਜਾ ਤਾਂ ਮੈਂ ਸਕਦਾ ਨਹੀਂ ਉੱਥੋਂ ਇਵੇਂ ਦਿਖਾਉਣਾ ਹੈ। ਪਤਾ ਨਹੀਂ ਕਿਆ ਕਿਆ ਬਣਾਇਆ ਇਹਨਾਂ ਨੇ ਅੰਦਰ ਜਾਣ, ਮੇਰਾ ਦਿਲ ਨਹੀਂ ਕਰਦਾ ਪਿਆ, ਇਹ ਤੁਹਾਨੂੰ ਮੈਂ ਬਾਹਰ ਨੂੰ ਦਿਖਾਉਂਦਾ। ਮਤਲਬ ਕਿ ਇੱਥੇ ਬਹੁਤ ਹੀ ਘੱਟ ਲੋਕ ਆਏ ਨੇ, ਮੈਂ ਤਾਂ ਜਿੰਨੀ ਵਾਰ ਵੀ ਇੱਥੇ ਆਇਆ ਇਹ ਬੰਦ ਹੀ ਦਿਖਿਆ ਮੈਨੂੰ, ਆ ਚੈੱਕ ਹਮੇਸ਼ਾ ਇਹ ਬੰਦ ਹੀ ਮਿਲਿਆ ਮੈਨੂੰ। ਅੱਜ ਪਹਿਲੀ ਵਾਰ ਮੈਂ ਦੇਖਿਆ ਤਾਂ ਕੋਈ ਮਲਾਈ ਮਿਲੂ ਜਿਵੇਂ, ਹਾਂਜੀ ਕੋਈ ਚੀਜ਼ ਨਹੀਂ ਸੀ ਹੈਗੀ, ਫਿਰ ਮੂੰਹ ਚੱਕਿਆ ਭੈਣ ਨੂੰ ਆ ਗਏ ਹੈ, ਉੱਪਰ ਸੀੜੀਆਂ ਚੜ੍ਹਦੀਆਂ ਪਈਆਂ ਉਹ ਉਤਰੇ ਰਸਨ, ਉਹ ਵੇਖੋ ਯਾਰ ਸੀੜੀ ਵੀ ਦੁਬਾਰਾ ਨੇ ਸੈੱਟ ਕੀਤੀਆਂ ਨੇ ਪੌੜੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ, ਆ ਦੇਖੋ ਦੇਖੋ ਜੀ ਮੈਂ ਤੁਹਾਨੂੰ ਦਿਖਾਉਣਾ ਕੋਈ ਜਿਹਾ ਚੈੱਕ ਕਰਿਓ, ਆਹ ਦੇਖੋ ਉਸ ਟਾਈਮ ਦਾ ਬਾਥਰੂਮ ਸੀਗਾ, ਹੁਣ ਇੱਥੇ ਹਨੇਰਾ ਬਹੁਤ ਜ਼ਿਆਦਾ, ਮੇਰਾ ਅੱਗੇ ਜਾਣ ਦਿਲ ਨਹੀਂ ਕਰਦਾ ਪਿਆ, ਅੰਦਰ ਵੀ ਰਸਤੇ ਬਥੇਰੇ ਹੈਗੇ ਨੇ ਪਰ ਮੇਰਾ ਜਾਣ ਮੈਂ ਜਾਣਾ ਹੀ ਨਹੀਂ ਹੈਗੇ, ਮੈਂ ਕਿਉਂ ਦੱਸਾਂ ਕਿ ਮੈਨੂੰ ਡਰ ਲੱਗਦਾ।